ਕੱਲ ਤੋਂ ਸੋਸ਼ਲ ਮੀਡੀਆ ਦੇ ਉੱਪਰ ਆਪਸ ਦੇ ਵਿੱਚ ਸੀਐਮ ਮਾਨ ਅਤੇ ਬਿਕਰਮ ਮਜੀਠੀਆ ਬੁਰੀ ਤਰੀਕੇ ਨਾਲ ਉਲਝਦੇ ਹੋਏ ਦਿਖਾਈ ਦਿੱਤੇ ਸੀ। ਸੋ ਇਸ ਦੇ ਦਰਮਿਆਨ ਹੀ ਹੁਣ ਇੱਕ ਬਿਕਰਮ ਮਜੀਠੀਆ ਦੇ ਵੱਲੋਂ ਨਵਾਂ ਸੁਨੇਹਾ ਸੀਐਮ ਭਗਵੰਤ ਮਾਨ ਨੂੰ ਲਗਾਇਆ ਗਿਆ। ਸੋ ਉਹ ਨਵਾਂ ਸੁਨੇਹਾ ਕੀ ਹੈ, ਪਹਿਲਾਂ ਤੁਹਾਨੂੰ ਉਹ ਸੁਣਾ ਦਿੰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਜਿਹੜਾ 12 ਤਰੀਕ ਹੈ ਅਪ੍ਰੈਲ ਮਹੀਨੇ ਦੀ ਔਰ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਦੀ ਇਹ ਤਰੀਕ ਮੈਂ ਸਮਝਦਾ ਲੰਮੇ ਸਮੇਂ ਤੱਕ ਯਾਦ ਰਹੂਗੀ, ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅੱਜ ਇੰਡੀਆ ਅਲਾਇੰਸ ਦੇ ਪ੍ਰਚਾਰ ਵਾਸਤੇ, ਮਤਲਬ ਕਿ ਕਾਂਗਰਸ ਦੇ ਪ੍ਰਚਾਰ ਵਾਸਤੇ, ਕਾਂਗਰਸ ਦੇ ਗੱਠਜੋੜ ਦੇ ਪ੍ਰਚਾਰ ਵਾਸਤੇ ਅੱਜ ਅਸਾਮ ਚੱਲੇ। ਉਸ ਧਰਤੀ 'ਤੇ ਚੱਲੇ ਆ ਜਿੱਥੇ ਉਹ ਅੱਜ ਤੋਂ ਇੱਕ ਸਾਲ ਪਹਿਲਾਂ ਇਹਨੇ ਪੰਜਾਬ ਦੇ ਨੌਜਵਾਨਾਂ ਨੂੰ ਦਿਬੜੂਗੜ੍ਹ ਦੀ ਜੇਲ੍ਹ ਪਹੁੰਚਾਇਆ, ਉਸ ਅਸਾਮ ਦੀ ਧਰਤੀ ਚੱਲੇ। ਵੈਸੇ ਮਾਨ ਸਾਹਿਬ, ਜੇ ਤੁਹਾਨੂੰ ਮਾੜੀ ਮੋਟੀ ਵੀ ਸ਼ਰਮ ਹੈ ਤਾਂ ਮੈਂ ਸਮਝਦਾ ਤੁਸੀਂ ਅੱਜ ਇੱਕ ਤਾਂ ਇਸ ਗੱਲ ਦੀ ਮਾਫ਼ੀ ਵੀ ਮੰਗੋਗੇ ਕਿ ਤੁਹਾਡੇ ਤੋਂ ਗਲਤੀ ਹੋਈ, ਔਰ ਆਪਦਾ NSA ਲਾਉਣ ਦਾ ਫੈਸਲਾ ਵੀ ਵਾਪਸ ਲਓ। ਆ ਕੁਛ ਦਿਨ ਪਹਿਲਾਂ ਹੀ ਤੁਸੀਂ ਸਾਡੀਆਂ ਸਤਿਕਾਰਯੋਗ ਮਾਵਾਂ ਨੂੰ, ਚਾਹੇ ਉਹ ਅੰਮ੍ਰਿਤਪਾਲ ਦੀ ਮਾਂ, ਚਾਹੇ ਉਹ ਪੱਪਲਪ੍ਰੀਤ ਦੇ ਮਾਤਾ ਜੀ ਨੇ, ਉਹਨਾਂ 'ਤੇ ਵੀ ਤੁਸੀਂ ਆ ਕੇਸ ਬਣਾ ਕੇ 751 ਕਰਕੇ ਉਹਨਾਂ ਦੀ ਅਰੈਸਟ ਕਰ ਲਈ ਹੈ ਕਿ ਜੀ ਲੋਅ ਐਂਡ ਆਰਡਰ ਖਰਾਬ ਹੁੰਦਾ। ਮੈਨੂੰ ਨਹੀਂ ਸਮਝ ਆਉਂਦੀ ਸੀ ਕਿ ਮਾਵਾਂ ਵੀ ਮਾਹੌਲ ਖਰਾਬ ਕਰ ਸਕਦੀਆਂ, ਮਗਰ ਅੱਜ ਚਲੋ ਇਹ ਤਾਂ ਗੱਲ ਸਾਹਮਣੇ ਹੀ ਆ ਗਈ ਕਿ ਕਿਵੇਂ ਤੁਸੀਂ ਕਾਂਗਰਸ ਲਈ ਪ੍ਰਚਾਰ ਕਰਦੇ ਫਿਰਦੇ ਹੋ। ਪਹਿਲਾਂ ਹਰਿਆਣੇ ਗਏ, ਫਿਰ ਦਿੱਲੀ ਗਏ, ਹੁਣ ਅਸਾਮ ਚੱਲੇ ਹੋ। ਜੇ ਅਸਾਮ ਚੱਲੇ ਹੀ ਹੋ, ਜੇ ਕੇਜਰੀਵਾਲ ਦੀ ਰਿਹਾਈ ਮੰਗ ਸਕਦੇ ਹੋ ਸ਼ਰਾਬ ਘੁਟਾਲੇ 'ਚ, ਜਾਂ ਸ਼ਹੀਦ ਭਗਤ ਸਿੰਘ ਖਟਕੜ ਕਲਾਂ ਉਹਨਾਂ ਦੀ ਪਵਿੱਤਰ ਧਰਤੀ 'ਤੇ ਬਹਿ ਕੇ ਸ਼ਰਾਬ ਘੁਟਾਲੇ ਦੀ ਵਾਸਤੇ ਤੁਸੀਂ ਆਪਦਾ ਇਹ ਮਰਨ ਵਰਤ ਰੱਖ ਸਕਦੇ ਹੋ ਜਾਂ ਅਨਸ਼ਨ ਰੱਖ ਸਕਦੇ ਹੋ। ਆਸ ਕਰੂੰਗਾ, ਉਮੀਦ ਕਰੂੰਗਾ ਕਿ ਅੱਜ ਜਾ ਕੇ ਉੱਥੇ ਵੀ ਹਾਂ ਦਾ ਇਕੱਲਾ ਨਾਰਾ ਨਹੀਂ ਮਾਰੂੰਗੇ, ਆਪਦਾ ਗਲਤ ਫੈਸਲਾ, NSA ਲਾਉਣ ਦਾ ਫੈਸਲਾ, ਦੀ ਡਰਕੋਨੀਅਨ ਲੋਸ, ਇਹ ਕਾਨੂੰਨ ਜਿਹੜੇ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਕੀਤਾ ਜਿਨ੍ਹਾਂ ਨੇ, ਉਹਨਾਂ ਨੂੰ ਵਾਪਸ ਲਵਾਂਗੇ, ਔਰ ਜਿਹੜੇ ਉਹ ਸਾਡੇ ਉੱਥੇ ਸਿੰਘ ਬੈਠੇ ਆ ਉਹਨਾਂ ਨੂੰ ਇਮੀਜੀਏਟਲੀ NSA ਹਟਾ ਕੇ ਵਾਪਸ ਲਿਆਉਣ ਦਾ ਕੰਮ ਕਰੋਂਗੇ। ਜੇ ਨਹੀਂ ਕਰੋਂਗੇ ਤਾਂ ਪਤਾ ਹੀ ਆ ਕਿ ਤੁਸੀਂ ਵੀ ਅੱਜ ਦੇ ਜਨਰਲ ਡਾਇਰ ਬਣੇ ਹੋ। ਕੱਲ੍ਹ ਤਾਂ ਪੈਗ ਲਾ ਕੇ ਖਾਧੀ ਪੀਤੀ 'ਚ ਬਹੁਤ ਕੁਛ ਬੋਲ ਗਏ, ਮੈਨੂੰ ਲੱਗਦਾ ਅੱਜ ਸਵੇਰ ਚੜ੍ਹੀ ਆ ਉਤਰੀ ਵੀ ਹੋਣੀ, ਮਾੜਾ ਮਾਰਕਾ ਵੀ ਪੀ ਲਿਆ ਹੋਣਾ, ਉਹਦਾ ਵੀ ਕੱਲ੍ਹ ਅਸਰ ਸੀ, ਅੱਜ ਪੈਗ ਉਤਰ ਵੀ ਗਏ ਹੋਣੇ। ਇਸ ਲਈ ਸੋਫੀ ਜਿੰਨਾ ਚਿਰ 2-4 ਘੰਟੇ ਜਿਹੜਾ ਤੁਸੀਂ ਰਹਿਣਾ, ਆਸ ਕਰੂੰਗਾ, ਉਮੀਦ ਕਰੂੰਗਾ ਕਿ ਕੋਈ ਪੰਜਾਬ ਦੇ ਪੰਜਾਬੀ, ਪੰਜਾਬੀਅਤ, ਪੰਜਾਬ ਦੇ ਭਲੇ ਦੀ, ਕਿਸਾਨ ਦੀ, ਪੰਜਾਬੀ 'ਚ ਵੱਸਦੇ, ਪੰਜਾਬ 'ਚ ਵੱਸਦੇ ਪੰਜਾਬੀਆਂ ਦੀ ਕੋਈ ਗੱਲ ਚੱਜ ਦੀ ਕਰੋਂਗੇ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਦਰਅਸਲ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਭਗਵੰਤ ਮਾਨ ਇਕੱਲੇ ਹੀ ਹੁਣ ਪਾਰਟੀ ਦੇ ਨੁਮਾਇੰਦੇ ਦੇ ਤੌਰ ਦੇ ਉੱਪਰ ਇੰਡੀਆ ਅਲਾਇੰਸ ਦੇ ਲਈ ਚੋਣ ਪ੍ਰਚਾਰ ਕਰਨ ਦੇ ਲਈ ਅੱਜ ਅਸਾਮ ਜਾ ਰਹੇ ਨੇ, ਜਿਸ ਦੇ ਉੱਪਰ ਚੁਟਕੀ ਲੈਂਦੇ ਹੋਏ ਇੱਕ ਸੁਨੇਹਾ ਦਿੱਤਾ ਗਿਆ ਬਿਕਰਮ ਮਜੀਠੀਆ ਦੇ ਵੱਲੋਂ, ਜਿੱਥੇ ਕਿ ਉਹਨਾਂ ਨੇ ਸੀਐਮ ਮਾਨ ਨੂੰ ਸਿੱਧੀ ਸਿੱਧੀ ਨਸੀਹਤ ਦਿੱਤੀ ਹੈ ਕਿ ਡਿਬਰੂਗੜ੍ਹ ਦੇ ਵਿੱਚ ਬੰਦ ਜਿਹੜੇ ਸਿੱਖ ਨੇ, ਜਿਹੜੇ ਸਿੰਘ ਨੇ, ਉਹਨਾਂ ਦੇ ਉੱਪਰੋਂ NSA ਹਟਾ ਕੇ ਉਹਨਾਂ ਦੀ ਰਿਹਾਈ ਕਰਾਈ ਜਾਵੇ। ਸੋ ਨਾਲ ਹੀ ਨਾਲ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੀ
ਗ੍ਰਿਫਤਾਰੀ ਦੇ ਉੱਪਰ ਦੁਹਾਈ ਦੇਣ ਦੀਆਂ ਗੱਲਾਂ ਦੇ ਉੱਪਰ ਵੀ ਚੁਟਕੀ ਲੈਂਦੇ ਹੋਏ ਭਗਵੰਤ ਮਾਨ ਨੂੰ ਕਿਹਾ ਕਿ ਜਿੱਥੇ ਉਹ ਕਥਿਤ ਸ਼ਰਾਬ ਘੁਟਾਲੇ ਦੇ ਵਿੱਚ ਫਸੇ ਆਪਣੇ ਕੌਮੀ ਕਨਵੀਨਰ ਦੇ ਲਈ ਦੁਹਾਈਆਂ ਦੇ ਸਕਦੇ ਨੇ, ਉੱਥੇ ਹੀ ਬੇਕਸੂਰ ਸਿੰਘਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਰਿਹਾ ਕਰਨ ਦੇ ਲਈ ਉਪਰਾਲੇ ਕਰਨੇ ਚਾਹੀਦੇ ਨੇ, ਜੋ NSA ਲਗਾ ਕੇ ਝੂਠੇ ਮੁਕੱਦਮੇ ਬਣਾ ਕੇ ਪੰਜਾਬ ਦੇ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤੇ ਗਏ ਨੇ, ਉਹਨਾਂ ਦੀ ਰਿਹਾਈ ਦੇ ਲਈ ਵੀ ਉਪਰਾਲਾ ਕਰਨਾ ਚਾਹੀਦਾ ਹੈ। ਸਿਰਫ ਰਿਹਾਈ ਹੀ ਨਹੀਂ ਕਰਨੀ ਚਾਹੀਦੀ, ਸਗੋਂ ਉਸ ਮਾਮਲੇ ਦੇ ਉੱਪਰ CM ਭਗਵੰਤ ਮਾਨ ਨੂੰ ਆਪਣੀ ਗਲਤੀ ਮੰਨਦੇ ਹੋਏ ਮਾਫ਼ੀ ਵੀ ਮੰਗਣੀ ਚਾਹੀਦੀ ਹੈ। ਸੋ ਇੱਕ ਨਵਾਂ ਸੁਨੇਹਾ ਵਿਕਰਮ ਮਜੀਠੀਆ ਦੇ ਵੱਲੋਂ ਭਗਵੰਤ ਮਾਨ ਨੂੰ ਲਗਾਇਆ ਗਿਆ, ਜਿਹੜੇ ਕਿ ਇੰਡੀਆ ਅਲਾਇੰਸ ਦੇ ਲਈ ਪਾਰਟੀ ਦੇ ਨੁਮਾਇੰਦੇ ਦੇ ਵਜੋਂ ਕੇਜਰੀਵਾਲ ਤੋਂ ਬਿਨਾਂ ਪਹਿਲੀ ਫੇਰੀ ਆ ਆਸਾਮ ਦੀ ਉਹਨਾਂ ਦੀ, ਜਿੱਥੇ ਕਿ ਉਹ ਇੰਡੀਆ ਅਲਾਇੰਸ ਦੇ ਲਈ ਚੋਣ ਪ੍ਰਚਾਰ ਨੂੰ ਪਖਾਉਣਗੇ। ਸੋ ਇੱਕ ਸੁਨੇਹਾ ਉਸ ਤੋਂ ਪਹਿਲਾਂ ਵਿਕਰਮ ਮਜੀਠੀਆ ਦੇ ਵੱਲੋਂ ਲਗਾ ਦਿੱਤਾ ਗਿਆ। ਦੱਸ ਦਈਏ ਕਿ ਕੱਲ੍ਹ ਤੋਂ ਹੀ ਸੋਸ਼ਲ ਮੀਡੀਆ ਦੇ ਉੱਪਰ ਐਕਸ ਦੇ ਉੱਪਰ ਲਗਾਤਾਰ ਇੱਕ ਦੂਜੇ ਦੇ ਉੱਪਰ ਨਿੱਜੀ ਹਮਲੇ ਕੀਤੇ ਗਏ ਨੇ, ਜਿਸ ਦੀ ਸ਼ੁਰੂਆਤ ਕਿ CM ਭਗਵੰਤ ਮਾਨ ਦੇ ਵੱਲੋਂ ਕੀਤੀ ਗਈ, ਜਿਸ ਦੇ ਕਿ ਟੁਕਵਾਂ ਜਵਾਬ ਲਗਾਤਾਰ CM ਮਾਨ ਦੀਆਂ ਪੋਸਟਾਂ ਦਾ ਟੁਕਵਾਂ ਜਵਾਬ ਵਿਕਰਮ ਮਜੀਠੀਆ ਦੇ ਵੱਲੋਂ ਦਿੱਤਾ ਗਿਆ। ਅਤੇ ਅੱਜ ਜਦੋਂ CM ਮਾਨ ਵੋਟਾਂ ਮੰਗਣ ਦੇ ਲਈ ਆਸਾਮ ਪਹੁੰਚੇ ਨੇ, ਜਿੱਥੇ ਕਿ NSA ਲਗਾ ਕੇ ਪੰਜਾਬ ਦੇ ਕਈ ਨੌਜਵਾਨ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਕੀਤੇ ਗਏ ਨੇ, ਉਹਨਾਂ ਦੀ ਰਿਹਾਈ ਦੀ ਗੱਲ ਕੀਤੀ ਹੈ ਅਤੇ ਨਾਲ ਹੀ ਨਾਲ NSA ਹਟਾਉਣ ਦੀ ਗੱਲ ਕੀਤੀ ਹੈ ਅਤੇ ਨਾਲ ਹੀ ਨਾਲ ਮਾਫ਼ੀ ਮੰਗਣ ਦੀ ਗੱਲ ਵੀ ਕਰਦੇ ਹੋਏ ਨਜ਼ਰ ਆਏ ਨੇ ਵਿਕਰਮ ਮਜੀਠੀਆ। ਸੋ ਇਹਨੂੰ ਪੋਸਟ ਤੋਂ ਬਾਅਦ ਭਗਵੰਤ ਮਾਨ ਦੇ ਵੱਲੋਂ ਕਿਸ ਤਰ੍ਹਾਂ ਦਾ ਰੁੱਖ ਲੈਣ ਵਾਲਾ, ਕਿ ਭਗਵੰਤ ਮਾਨ ਇਸ ਮਾਮਲੇ 'ਤੇ ਚੁੱਪ ਰਹਿਣਗੇ ਜਾਂ ਫਿਰ ਆਪਣੀ ਆਦਤ ਦੇ ਮੁਤਾਬਕ ਵਿਕਰਮ ਮਜੀਠੀਆ ਦੀ ਇਸ ਪੋਸਟ ਦਾ ਵੀ ਜਵਾਬ ਬੜੀ ਜਲਦੀ ਦੇਣਗੇ। ਬਣੇ ਰਹੋ ਰੋਜ਼ਾਨਾ ਲੋਕਨਾ TV ਦੇ ਨਾਲ।